ਪੰਜਾਬ ਪੁਲਿਸ ਦੇ ਮੋਹਾਲੀ ਜ਼ਿਲ੍ਹੇ ਦੇ ਮਟੌਰ SHO ਗੱਬਰ ਸਿੰਘ ਦੀ ਗੱਡੀ ਤੇ ਅਟੈਕ ਹੋਇਆ, ਹਮਲਾ ਹੋਇਆ। ਹਾਲਾਂਕਿ ਇਹ ਦੇਰ ਰਾਤ ਦੀ ਘਟਨਾ ਹੈ ਜਿਹਦੇ ਵਿੱਚ ਇਹੀ ਗੱਡੀ ਤੇ ਮੌਜੂਦ ਸੀ ਗੱਬਰ ਸਿੰਘ, ਮਟੌਰ ਪੁਲਿਸ ਸਟੇਸ਼ਨ ਦੇ SHO ਨੇ। ਹਾਲਾਂਕਿ ਕਈ ਵੱਡੀ ਜ਼ਿੰਮੇਵਾਰੀਆਂ ਨਿਭਾ ਚੁੱਕੇ ਨੇ, CIA ਦੇ ਨਾਲ ਨਾਲ ਕਈ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਇਸੇ ਜਿਹੜੀ ਡਰਾਈਵਿੰਗ ਸੀਟ ਦੇ ਬਿਲਕੁਲ ਨਾਲ ਵਾਲੀ ਸੀਟ ਤੇ ਬੈਠੇ ਹੋਏ ਸੀ ਤੇ ਅਚਾਨਕ ਅਨਨੋਨ ਬੰਦੇ ਆਉਂਦੇ ਆ ਤੇ ਫਾਇਰ ਕਰਦੇ ਗੱਡੀ ਤੇ ਫਾਇਰ। ਹਾਲਾਂਕਿ ਇਹ ਪੂਰੀ ਬੁਲੇਟ ਪਰੂਫ ਗੱਡੀ ਹੈ, ਸਕਾਰਪੀਓ ਹੈ, ਬਚਾਵ ਹੋਇਆ। ਰਾਹਤ ਦੀ ਗੱਲ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਲੇਕਿਨ ਦੋ ਫਾਇਰ ਜਿਹੜੇ ਹੈ ਉਹ ਹੋਏ ਆ, ਜਿਹਦੀ ਤਸਵੀਰਾਂ ਵੀ ਤੁਸੀਂ ਵੇਖ ਸਕਦੇ ਹੋ। ਹਾਲਾਂਕਿ ਬੜੀ ਦੇਰ ਰਾਤ ਦੀ ਇਹ ਘਟਨਾ ਹੈ, ਇਹ ਪੂਰਾ ਜਿੱਦਾਂ ਲੱਗਦਾ ਸੀਗਾ ਕਿ ਕਿਸੇ ਤਰ੍ਹਾਂ ਦਾ ਕੋਈ ਟ੍ਰੈਪ ਲਾਇਆ ਹੋਇਆ ਜਾਂ ਕਿਸੇ ਤਰ੍ਹਾਂ ਦੀ ਕੋਈ ਪੂਰੀ ਰੈਕੀ ਕੀਤੀ ਹੋਈ ਹੈ, ਜਦ ਇਹ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ। ਇਹ ਰੋਪੜ ਏਰੀਆ ਦੇ ਵਿੱਚ ਮੋਰਿੰਡਾ ਦੇ ਬਿਲਕੁਲ ਲਾਲ ਪੁਲ ਦੇ ਕੋਲ ਇਹ ਪੂਰਾ ਹਾਦਸਾ ਹੋਇਆ, ਜਿਸ ਤੋਂ ਬਾਅਦ ਪੁਲਿਸ ਲਗਾਤਾਰ ਇਹਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ। ਮਾਮਲਾ ਜਿਹੜਾ ਹੈ ਉਹ ਦਰਜ ਕਰ ਲਿਆ ਗਿਆ, 307 IPC 25 ਆਰਮਸ ਐਕਟ ਦੇ ਤਹਿਤ ਮਾਮਲਾ ਦਰਜ ਹੋਇਆ। ਗੱਬਰ ਸਿੰਘ ਜੀ ਸਾਡੇ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਗੱਬਰ ਸਰ, ਇਹ ਪੂਰਾ ਜਦ ਇਹ ਪੂਰਾ ਹੋਇਆ ਜਿਹੜਾ, ਕਿੰਨੇ ਵਜੇ ਦੀ ਘਟਨਾ ਸੀਗੀ ਤੇ ਟਾਈਮਿੰਗ ਦੇ ਅਕੋਰਡਿੰਗ ਦੀ ਆਪਾਂ ਗੱਲ ਕਰ ਲਈਏ, ਲੱਗਦਾ ਤੁਹਾਨੂੰ ਕਿ ਕਿਸੇ ਤਰ੍ਹਾਂ ਦਾ ਕੋਈ ਟ੍ਰੈਪ ਸੀ? ਹਾਂਜੀ, ਇਹ ਪਰਸੋਂ 10:30 ਦੇ ਕਰੀਬ ਤਕਰੀਬਨ ਮੈਂ 11-12 ਵਜੇ ਤੱਕ ਥਾਣੇ 'ਚ ਵਰਕ ਕਰਦਾ ਰਹਿੰਦਾ ਜੀ, ਕੋਈ ਸਾਨੂੰ ਮਿਲੇ ਹੁੰਦੇ ਕੰਮ ਜੀ, ਤੇ ਇਹ ਪਰਸੋਂ 10:30 ਵਜੇ ਮੈਂ ਇੱਥੋਂ ਮੂਵ ਹੋਇਆ ਜੀ। ਉਦੋਂ ਖਰੜ ਤੋਂ ਕੁਰਾਲੀ ਸਾਈਡ ਨੂੰ ਜਾ ਰਿਹਾ ਸੀ ਤੇ ਜਦੋਂ ਮੋਰਿੰਡਾ ਨੂੰ ਰੋਡ ਜਾਂਦਾ, ਜਿਹੜਾ ਮੋਰਿੰਡਾ ਬਾਈਪਾਸ ਆ, ਬਿਲਕੁਲ ਉੱਥੇ ਬ੍ਰਿਜ ਉੱਪਰ ਬਾਈਪਾਸ ਤੇ ਬ੍ਰਿਜ ਬਣਿਆ, ਉਹ ਬਸ ਉੱਥੇ ਕਾਫੀ ਚੌੜੀ ਸੜਕ ਆ ਜੀ, ਉੱਥੇ ਨੈਚੁਰਲੀ ਆ ਗੱਡੀ ਕਰਵ ਜਾਂਦੀ, ਉਹ ਤੋਂ ਬਾਅਦ ਗੱਡੀ ਸਲੋ ਵੀ ਹੁੰਦੀ ਹੈ। ਠੀਕ ਹੈ, ਉੱਥੇ ਜਦੋਂ ਅਸੀਂ ਸਲੋ ਹੋਏ ਬ੍ਰਿਜ ਤੇ ਚੜ੍ਹਨ ਨੂੰ, ਥੋੜੀ ਗੱਡੀ ਵੀ 40-50 ਕਦੇ 50-55 ਇੰਨੀ ਸਪੀਡ ਨਹੀਂ ਸੀ ਗੱਡੀ ਦੀ, ਨਾ ਨਾ ਬਿਲਕੁਲ ਨੋਰਮਲ ਜਾ ਰਹੇ ਸੀ। ਠੀਕ ਹੈ, ਤੇ ਬ੍ਰਿਜ ਤੇ ਹੋਰ ਸਲੋ ਹੋਣੀ ਸੀ, ਹਜੇ ਚੜ੍ਹਨ ਲੱਗੇ ਤੇ ਇੱਕੇ ਸਾਡੇ ਲੈਫਟ ਸਾਈਡ ਤੇ ਜਿੱਥੇ ਮੈਂ ਬੈਠਾ ਸੀ ਤੇ ਬਹੁਤ ਜ਼ੋਰ ਦੀ ਆਵਾਜ਼ ਆਈ ਤੇ ਸ਼ੀਸ਼ੇ ਤੇ ਫਾਇਰ ਹੋਇਆ ਤੇ ਇੱਕਦਮ ਅਸੀਂ ਅੰਦਰ ਬੈਠੇ, ਜਿਵੇਂ ਬੰਦਾ ਇੱਕਦਮ ਬੈਠਾ ਬੈਠਾ ਦਹਿਲ ਜਾਂਦਾ ਵੀ ਕੀ ਹੋ ਗਿਆ। ਬਿਲਕੁਲ, ਵੈਪਨ ਸਾਡੇ ਕੋਲ ਸੀਗੇ ਤੇ ਜ਼ੋਰਾਵਰ ਮੁੰਡਾ ਮੇਰਾ ਗੱਡੀ ਚਲਾ ਰਿਹਾ ਸੀ, ਸਾਡੇ ਕੋਲ ਵੀ ਅਸਾਲਟ ਸੀਗੀ ਇਹਦਾ, ਜਦੋਂ ਅਸੀਂ ਅੱਗੇ ਜਾ ਕੇ ਗੱਡੀ ਰੋਕਣ ਦੀ ਕੋਸ਼ਿਸ਼ ਕਰੀ। ਠੀਕ ਹੈ, ਤੇ ਉਹ ਹਨੇਰਾ ਸੀਗਾ, ਦਿਖਿਆ ਨਹੀਂ, ਕਿਉਂਕਿ ਜਿਹਨਾਂ ਨੇ ਫਾਇਰ ਕੀਤਾ ਉਹ ਫਾਇਰ ਕਰਨ ਤੋਂ ਬਾਅਦ ਉੱਥੇ ਡਿਵਾਈਡ ਹੋ ਜਾਂਦੇ ਸੀ, ਇੱਕ ਤਾਂ ਬ੍ਰਿਜ ਸਾਡੇ ਵਾਲਾ ਰਾਹ ਹੋ ਗਿਆ, ਇੱਕ ਥੱਲੇ ਨੂੰ ਜਾਂਦਾ। ਓਕੇ, ਉਹ ਹਨੇਰਾ ਇੰਨਾ ਸੀ, ਜਦੋਂ ਅਸੀਂ ਵੱਜਦੇ ਥੋੜਾ ਅੱਗੇ ਜਾ ਕੇ ਪਿੱਛੇ ਦੇਖਣ ਦੀ ਕੋਸ਼ਿਸ਼ ਕੀਤੀ ਕਿ ਸਾਨੂੰ ਕੁਛ ਨੀ ਦਿਖਿਆ। ਯਾਨੀ ਕਿ ਅੰਦਾਜ਼ਾ ਲਾਇਆ ਸਰ, ਗੱਡੀ ਤੇ ਸੀਗੇ, ਬਾਈਕ ਤੇ ਸਵਾਰ ਸੀਗੇ, ਕੁਛ ਇਸ ਤਰ੍ਹਾਂ ਦਾ ਦਿਖਿਆ ਨਹੀਂ ਨੇਰੇ ਕਰਕੇ? ਓਕੇ, ਤਾਂ ਇਹ ਤੁਹਾਨੂੰ ਕੀ ਲੱਗਦਾ ਕਿ ਰੈਕੀ ਹੋਈ ਹੈ, ਕਿਉਂਕਿ ਜਿਸ ਤਰ੍ਹਾਂ ਤੁਹਾਡੀ ਗੱਡੀ, ਹਾਲਾਂਕਿ ਬੁਲੇਟ ਪਰੂਫ ਹੈ, ਥ੍ਰੈਟ ਵੀ ਤੁਹਾਨੂੰ ਹੈਗਾ? ਹਾਂਜੀ ਹਾਂਜੀ, ਮੈਂ ਸ਼ੀਸ਼ੇ ਬੁਲੇਟ ਪਰੂਫ ਸਪੈਸ਼ਲ ਕਰਾਏ ਹੈ ਜੀ, ਤੇ ਆਮ ਤਾਂ ਕਿਸੇ ਨੂੰ ਕੀ ਪਤਾ ਮੈਂ ਕਿੱਥੇ ਬੈਠਾ। ਬਿਲਕੁਲ, ਹੈਂ, ਕਿਹੜੀ ਗੱਡੀ ਜਾ ਰਹੀ ਹੈ? ਬਿਲਕੁਲ, ਆਲਰੇਡੀ ਮੇਰੀ ਜੇ ਰੈਕੀ ਕੀਤੀ ਇੱਥੋਂ ਥਾਣੇ 'ਚੋਂ ਨਿਕਲਦੇ ਸਾਰ, ਮੈਨੂੰ ਥਾਣੇ 'ਚੋਂ ਨਿਕਲਦੇ ਸਾਰੇ ਮੇਰੇ ਪਿੱਛੇ ਲੱਗੇ ਆ। ਬਿਲਕੁਲ, ਉੱਥੋਂ ਉਹਨਾਂ ਨੇ ਫਿਰ ਪਹਿਲਾਂ ਹੀ ਜਾ ਕੇ ਇਹਨਾਂ ਦੀ ਟੀਮਾਂ ਹੋਣੀਆਂ, ਪਰ ਜਿਹੜਾ ਵੀ ਚਲਦੀ ਗੱਡੀ 'ਤੇ ਫਾਇਰ ਕਰਨਾ ਕੋਈ ਈਜ਼ੀ ਨਹੀਂ ਹੈਗਾ, ਕੋਈ ਪ੍ਰੋਫੈਸ਼ਨਲ ਸ਼ੂਟਰ ਆ। ਠੀਕ ਹੈ, ਜਿਹੜਾ ਇਸ ਲਈ ਅਗਲੇ ਦਾ ਡਿਬਿਊਟ ਕਰਿਆ ਹੋਣਾ, ਕਿਉਂਕਿ ਗੱਬਰ ਜੀ ਤੁਸੀਂ CIA ਰੋਪੜ ਵੀ ਰਹੇ ਹੋ, ਕਈ ਗੈਂਗਸਟਰ ਵੀ ਤੁਸੀਂ ਕਾਬੂ ਕੀਤੇ ਹੈ, ਹੁਣ ਤੱਕ ਦੀ ਕੋਈ ਇਨਵੈਸਟੀਗੇਸ਼ਨ 'ਚ ਕੋਈ ਗੱਲ ਸਾਹਮਣੇ ਆਈ ਹੋਵੇ ਕਿ ਕਿਸ ਦਾ ਕੰਮ ਹੋ ਸਕਦਾ ਹੈ, ਕੋਈ ਥ੍ਰੈਟਨਿੰਗ ਤੁਹਾਨੂੰ ਕਾਲ ਆਈ ਹੋਵੇ ਇਸ ਤੋਂ ਪਹਿਲਾਂ? ਪਤਾ ਕੀ ਯਾਰ, ਅੱਠੀ ਜੀ, ਕੋਈ ਇੱਕ ਅੱਧਾ ਬੰਦਾ ਹੋਵੇ, ਮੇਰੀ ਪਰਸਨਲ ਰੰਜਿਸ਼ ਕਿਸੇ ਨਾਲ ਨਹੀਂ ਹੈਗੀ, ਮੈਂ ਆਪਣਾ ਡਿਪਾਰਟਮੈਂਟ ਦੇ ਵਿੱਚ ਜੋ ਮੇਰਾ ਡਿਊਟੀ ਅਲਾਓ ਕਰਦੀ ਹੈ ਮੈਂ ਉਹੀ ਕਰਦਾ ਜੀ। ਹੁਣ ਇਹਦੇ ਵਿੱਚ CIA ਸਟਾਫ ਰੋਪੜ ਦੇ ਵਿੱਚ ਵੀ, CIA ਸਟਾਫ ਸ਼੍ਰੀ ਫਤਿਹਗੜ੍ਹ ਸਾਹਿਬ ਵੀ ਰਿਹਾ 2 ਸਾਲ ਦੇ, ਮਤਲਬ 1.5-2 ਸਾਲ ਦੇ ਕਰੀਬ ਮੋਸਟਲੀ CIA ਸਟਾਫ ਰਹੇ ਹੋ? ਹਾਂਜੀ, ਕਾਫੀ ਲੌਂਗ ਪੀਰੀਅਡ ਸੀਗਾ, ਉਹਦੇ ਵਿੱਚ ਜਾਂ ਤਾਂ ਇੱਕ ਅੱਧਾ ਬੰਦਾ ਫੜਿਆ ਹੋਵੇ ਮਾੜਾ, ਕਈ ਫੜੇ ਆ, ਗੈਂਗਸਟਰ ਵੀ, ਸਮਗਲਰ ਵੀ, ਠੱਗ ਵੀ, ਚੋਰ ਵੀ, ਮਤਲਬ
ਇਹੀ ਕਾਫੀ ਗਿਣਤੀ ਆ, ਉਹਨਾਂ ਤੋਂ ਇੰਟਰੋਗੇਸ਼ਨ ਵੀ ਕਰਦੇ ਰਹੇ ਆ, ਉਹਨਾਂ ਤੋਂ ਪੁੱਛ ਕਰਕੇ ਕਈ ਇਹਨਾਂ ਦੇ ਮੋਡਿਊਲ ਅਸੀਂ ਖਤਮ ਕਰਦੇ ਰਹੇ ਆ। ਤੇ ਗੱਬਰ ਜੀ, ਪਿਛਲੇ ਦਿਨਾਂ ਜੇ ਆਪਾਂ ਗੱਲ ਕਰ ਲਈਏ 10-15 ਦੇ ਦਿਨ ਦੇ ਅੰਦਰ ਕੋਈ ਇਸ ਤਰ੍ਹਾਂ ਦੀ ਕੋਈ ਐਕਟੀਵਿਟੀ ਹੋਵੇ ਤੁਹਾਨੂੰ ਲੱਗੇ, ਕਿਉਂਕਿ ਓਬਵੀਅਸਲੀ ਤੁਸੀਂ ਤਾਂ ਕਾਫੀ ਚੀਜ਼ਾਂ 'ਚ ਨਹੀਂ। ਲਾਸਟ ਈਅਰ ਮੈਨੂੰ ਫੋਨ 'ਤੇ ਧਮਕੀ ਆਈ ਸੀ, ਪਰ ਉਹ ਬੰਦੇ ਨੇ ਆਪਣਾ ਨਾਮ ਨਹੀਂ ਦੱਸਿਆ, ਹਰਿਆਣਵੀ ਭਾਸ਼ਾ 'ਚ ਬੋਲਦਾ ਸੀ। ਉਹ ਤੋਂ ਬਾਅਦ ਗੱਡੀਆਂ ਮੇਰੇ ਪਿੱਛੇ ਲੱਗੀਆਂ 2-3 ਵਾਰ, ਮੈਨੂੰ ਹੋਇਆ ਵੀ ਕੋਈ ਮੇਰਾ ਪਿੱਛਾ ਕਰ। ਫਿਰ ਜਿਹੜੇ ਇੰਟੂਸ਼ਨ ਜੀ ਹੋ ਰਹੀ ਸੀ ਮੈਨੂੰ ਕਈ ਦਿਨ ਤੋਂ, ਮੈਂ ਮੁੰਡੇ ਨਾਲ ਗੱਲ ਵੀ ਕਰਦਾ ਵੀ ਆਪਾਂ ਅਲਰਟ ਰਹਿਣਾ ਵੀ ਹੁਣ ਕਾਲ ਕੂਲ ਤਾਂ ਸ਼ਾਇਦ ਨਾ ਆਵੇ ਵੀ ਕਿਤੇ ਆਪਣੇ 'ਤੇ ਕੋਈ ਹਮਲਾ ਨਾ ਹੋ ਜਾਵੇ। ਠੀਕ ਹੈ, ਪਰ ਇਹ ਨਹੀਂ ਸੀ ਪਤਾ ਵੀ ਆਹ ਟਾਈਮ ਹੋਣਾ, ਨਹੀਂ ਤਾਂ ਫਿਰ ਅਸੀਂ ਆਲਰੇਡੀ ਹੋਰ ਉਹਨਾਂ ਜਵਾਬ ਦਿੰਦੇ। ਉਸ ਮੌਕੇ ਜਦ ਤੁਸੀਂ ਸੀਗੇ ਸਿਰਫ 2 ਹੀ ਸੀਗੇ? ਹਾਂਜੀ ਹਾਂਜੀ ਹਾਂਜੀ। ਤੇ ਸਰ, ਕਿਉਂਕਿ ਤੁਸੀਂ ਤਾਂ ਲਗਾਤਾਰ ਇਨਵੈਸਟੀ CIA ਖਰੜ ਵੀ ਆਪਣਾ ਰੋਪੜ ਵੀ ਰਹੇ ਹੋ, ਫਤਿਹਗੜ੍ਹ ਸਾਹਿਬ ਵੀ ਰਹੇ ਹੋ, ਕਈ ਗੈਂਗਸਟਰਾਂ ਤੇ ਵੀ ਤੁਹਾਨੂੰ ਪਾਲਾ ਪਿਆ, ਤੇ ਤੁਹਾਨੂੰ ਕਿਤੇ ਨਾ ਕਿਤੇ ਇੰਟਿਊਸ਼ਨ ਹੋਈ ਹੈ ਪਹਿਲਾਂ, ਜਾਂ ਜਿੱਦਾਂ ਤੁਸੀਂ ਕਿਹਾ ਕਿ ਬਈ ਮੈਨੂੰ ਪਹਿਲਾਂ ਵੀ ਜਿਹੜਾ ਹੈਗੀ ਕਾਲ ਆਈ ਸੀ ਇਸ ਤੋਂ ਪਹਿਲਾਂ? ਧਮਕੀ ਆਈ ਆ, ਧਮਕੀ ਦੇ ਨਾਲ ਨਾਲ ਰੈਕੀ ਵੀ ਹੋਈ ਆ, ਮੇਰੇ ਪਰਿਵਾਰ ਦੀ ਵੀ ਰੈਕੀ ਹੋਈ ਆ। ਮੈਂ ਸੀਨੀਅਰ ਅਫਸਰ ਸਾਹਿਬਾਨਾਂ ਨੂੰ ਦੱਸਿਆ ਹੋਇਆ, ਡੰਪ ਵਗੈਰਾ ਚੱਕਿਆ, ਪਰ ਉਹ ਗੱਲ ਹਜੇ ਸਿਰੇ ਨਹੀਂ ਸੀ ਲੱਗੀ। ਅਤੇ ਜਿਹੜੀ ਜਦੋਂ ਫੈਮਿਲੀ ਦੀ ਰੈਕੀ ਹੋਈ, ਮੇਰੇ ਪਿੱਛੇ ਗੱਡੀਆਂ ਲੱਗ ਰਹੀਆਂ, ਇਸ ਤਰ੍ਹਾਂ ਦੀ ਮੇਰੀ ਵੀ ਰੈਕੀ ਹੋ ਰਹੀ ਸੀ, ਮੇਰੇ ਮਨ 'ਚ ਸੀਗਾ ਕਿਤੇ ਨਾ ਕਿਤੇ, ਯਾਨੀ ਕਿ ਤੁਹਾਡੇ ਦਿਮਾਗ ਸੀਗਾ। ਫਿਰ ਵੀ ਮੈਂ ਦੇਖੋ ਜੀ, ਜੋਬ ਕਰਨੀ ਆ, ਅਤੇ ਜੇ ਡਰ ਕੇ ਤਾਂ ਜੋਬ ਹੁੰਦੀ ਨਹੀਂ, ਨਾ ਡਰਿਆ ਨਾ ਡਰਨਾ। ਬਾਕੀ ਫੈਮਿਲੀ ਆ ਜਿਹੜੀ, ਇਹ ਆ ਵੀ ਚਲੋ ਅਫਸਰ ਸਾਹਿਬਾਨਾਂ ਨੂੰ ਦੱਸਿਆ, ਫੈਮਿਲੀ ਨੂੰ ਪ੍ਰੋਟੈਕਟ ਕਰਨਗੇ ਜੀ, ਕਿਉਂਕਿ ਜੇ ਫੈਮਿਲੀ ਸੇਫ ਆ ਫਿਰ ਮੈਂ ਡਿਊਟੀ ਵਧੀਆ ਕਰ ਸਕਦਾ। ਕਿਉਂਕਿ ਗੱਬਰ ਜੀ, ਇੱਕ ਥੋੜਾ ਜਿਹਾ ਇਹ ਦਿਖਾਓਗੇ, ਜੇ ਤੁਸੀਂ ਇਸ ਸਾਈਡ ਬੈਠੇ ਸੀਗੇ ਤਾਂ ਇੱਕਦਮ ਕੋਈ ਗੱਡੀ ਦੀ ਆਵਾਜ਼ ਜਾਂ ਬਾਈਕ ਦੀ ਆਵਾਜ਼ ਤੁਹਾਨੂੰ ਲੱਗੀ ਕਿ ਤੁਹਾਡੇ ਨਾਲ ਤੋਂ ਨਿਕਲੀ ਹੈ? ਨਹੀਂ ਜੀ, ਅੰਦਰ ਸਾਊਂਡ ਬਹੁਤ ਘੱਟ ਆਉਂਦੀ ਹੈ। ਜੇ ਆ ਜਿਹੜੇ ਆ ਸ਼ੂਟ ਵੱਜਿਆ, ਮੈਂ ਅੱਗੇ ਇੱਥੇ ਅੱਗੇ ਨੂੰ ਹੋ ਕੇ ਬੈਠਾ ਸੀ, ਪਤਾ ਆਹ ਜਿਹੜਾ ਆਹ ਲੱਗਿਆ, ਓਕੇ, ਜਿਹੜਾ ਆਹ ਸ਼ੂਟ ਲੱਗਿਆ ਸਿੱਧਾ ਮੇਰਾ ਹੈੱਡ ਸ਼ੋਟ 'ਤੇ ਸੀਗਾ, ਮਤਲਬ ਮੈਂ ਇੱਕਦਮ ਉਹਦਾ ਪਿੱਛੇ ਨੂੰ ਬੈਠਾ, ਮੈਂ ਅੱਗੇ ਨੂੰ ਹੋ ਕੇ ਬੈਠਾ ਸੀ, ਮੋਬਾਈਲ 'ਤੇ ਲੱਗਿਆ ਸੀ। ਓਕੇ, ਉਹ ਮੋਬਾਈਲ ਦੀ ਰਿਫਲੈਕਸ਼ਨ ਨਾਲ ਬਾਹਰੋਂ ਦਿਖ ਜਾਂਦਾ ਬੰਦੇ ਨੂੰ, ਸ਼ੈਡੋ ਬਣ ਜਾਂਦੀ ਹੈ। ਓਕੇ, ਮਤਲਬ ਇਹ ਆ ਬਿਲਕੁਲ ਪਰਫੈਕਟ ਸੀ, ਯਾਨੀ ਕਿ ਇਹ ਪ੍ਰੋਫੈਸ਼ਨਲੀ ਦਾ ਕੰਮ ਹੈ। ਹਾਂ, ਜਿਹੜੇ ਬੰਦੇ ਨੇ ਵੀ ਇਹ ਸ਼ੂਟ ਕਰਿਆ ਉਹ ਪ੍ਰੋਫੈਸ਼ਨਲ ਬੰਦਾ, ਜਿਹੜਾ ਚੱਲਦੀ ਗੱਡੀ ਦੇ ਵਿੱਚ ਇੰਨਾ ਐਗਜੈਕਟ, ਮਤਲਬ ਟਾਰਗੇਟ, ਯਾਨੀ ਕਿ ਇਹ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਬਿਲਕੁਲ ਹੈੱਡ ਤੇ ਹੈੱਡਸ਼ਾਟ ਸੀਗਾ, ਹੈੱਡਸ਼ਾਟ ਸੀਗਾ, ਹੈੱਡਸ਼ਾਟ, ਕਿਉਂਕਿ ਜੇ ਹਾਂ ਹੈੱਡਸ਼ਾਟ ਸੀਗਾ, ਜੇ ਸ਼ੀਸ਼ਾ ਨਾ ਬੁਲਟਪਰੂ ਹੁੰਦਾ ਤਾਂ ਸਿੱਧੀ ਮੇਰੇ, ਮਤਲਬ ਇੱਥੇ ਵੱਜਣੀ ਸੀ ਕੁੜਕੁੜੀ ਦੀ। ਓਕੇ, ਯਾਨੀ ਕਿ ਬਿਲਕੁਲ ਇਸ ਪਾਸੇ। ਹਾਂ, ਮੈਂ ਆਏ ਅੱਗੇ ਨੂੰ ਹੋ ਕੇ ਬੈਠਾ ਸੀਗਾ ਜੀ। ਇਹ ਦੂਜਾ ਫਾਇਰ? ਹਾਂਜੀ ਹਾਂਜੀ, ਇਹ ਤਾਂ ਫਿਰ ਪਤਾ ਹੀ ਨਹੀਂ ਲੱਗਿਆ ਜੀ, ਇਹ ਤੋਂ ਭਜਾ ਲਈ ਗੱਡੀ ਜੀ ਫਿਰ। ਅੱਛਾ, ਤੇ ਸਰ ਤੁਸੀਂ ਫਿਰ ਉਸ ਮੌਕੇ ਤੇ ਫਿਰ ਤੁਸੀਂ ਅੱਗੇ ਜਾ ਕੇ ਰੋਕਿਆ ਤਾਂ ਤੁਸੀਂ ਥੋੜਾ ਜਿਹਾ? ਹਾਂਜੀ ਹਾਂਜੀ, ਦੇਖੋ ਜੀ, ਇੱਕ ਵਾਰ ਤਾਂ ਫਿਰ ਭੱਜ ਕੇ ਵੀ ਨਹੀਂ ਗੱਲ ਬਣਦੀ, ਮੌਕੇ ਤੇ ਤਾਂ ਫਿਰ ਅਸੀਂ ਜਾ ਕੇ ਫਿਰ ਥੋੜਾ ਅੱਗੇ ਗਏ, ਜਦ ਤਾਂ ਹਨੇਰਾ ਸੀ ਫਿਰ ਦੁਬਾਰਾ ਆਏ ਤੁਸੀਂ ਵਾਪਸ ਆਏ? ਹਾਂਜੀ ਹਾਂਜੀ, ਉੱਥੇ ਦੇਖਣਾ ਸੀ ਵੀ ਕੀ ਹੋਇਆ ਸਾਰਾ ਪਤਾ ਨਹੀਂ। ਬਿਲਕੁਲ, ਫਿਰ ਕੁਛ ਕਲਿਊ ਮਿਲਿਆ, ਜਦੋਂ ਨਾਰਮਲੀ ਜਾਂਦੇ ਸੀ ਉਦੋਂ ਸਾਨੂੰ ਨਹੀਂ ਨਾ ਪਤਾ ਸੀ ਕਿਦੋਂ ਬੰਦਾ ਥੱਲੇ ਵੜ ਜੂ, ਇੱਧਰ ਨੂੰ ਨਿਕਲ ਜੂ ਜਾਂ ਦੂਜੇ ਪਾਸੇ ਚਲੇ ਜਾਓ। ਤੇ ਸਰ ਫਿਰ ਕੁਛ ਕਲਿਊ ਮਿਲਿਆ ਜਾਂ ਕਿਸੇ ਨਾਲ ਕੋਈ ਗੱਲਬਾਤ, ਕਿਉਂਕਿ ਇਨਵੈਸਟੀਗੇਸ਼ਨ ਤਾਂ ਓਬਵੀਅਸਲੀ ਤੁਸੀਂ ਵੀ? ਜੀ, ਮੈਂ ਆਪਣੇ ਅਫਸਰ ਸਾਹਿਬਾਨਾਂ ਦੇ ਧਿਆਨ 'ਚ ਲਿਆਤਾ ਸੀਗਾ ਜੀ, ਉੱਥੇ SHO ਸਾਹਿਬ ਵੀ ਆ ਗਏ ਸੀਗੇ, SHO ਕਰਾਲੀ ਸਿਟੀ, SHO ਸਦਰ। ਉਹ ਤੋਂ ਬਾਅਦ ਪਤਾ ਲੱਗਿਆ ਵੀ SHO ਇਹ ਤਾਂ ਭਗਵੰਤਪੁਰੇ ਦਾ, ਫਿਰ ਉਹ ਵੀ ਆ ਗਏ ਸੀਗੇ, DSP ਮੈਮ ਆਏ ਆ ਜੀ ਰੋਪੜ ਤੋਂ, ਹਾਂ ਹਰਪਿੰਦਰ ਕੌਰ ਮੈਮ, ਸਾਡੇ ਡਿਪਟੀ ਸਾਹਿਬ, SPD ਮੈਮ, DSP ਬਸ਼ੇਰ ਸਰ, ਮਤਲਬ ਟੀਮਾਂ ਪੂਰੀਆਂ ਪਹੁੰਚ ਗਈਆਂ ਮੌਕੇ ਤੇ ਅਗਲੇ ਦਿਨ ਨੈਕਸਟ ਡੇ। ਤੇ ਕਿਉਂਕਿ ਤੁਸੀਂ ਬੁਲਟ ਪਰੂਫ ਗੱਡੀ ਲੈ ਕੇ ਚੱਲਦੇ ਹੋ ਤਾਂ ਕਿਤੇ ਨਾ ਕਿਤੇ ਜਿੱਦਾਂ ਤੁਸੀਂ ਵੀ ਕਿਹਾ ਕਿ ਰੈਕੀ ਹੋ ਰੱਖੀ ਹੈ ਮੇਰੀ, ਤਾਂ ਤੁਹਾਨੂੰ ਇਹ ਸ਼ੀਸ਼ੇ ਕਰਵਾਏ ਸੀਗੇ ਜੀ? ਓਕੇ, ਹਾਂ, ਗੱਡੀ ਨਹੀਂ ਬੁਲਟ ਪਰੂਫ ਹੈਗੀ। ਓਕੇ, ਗੱਡੀ ਦੇ ਸ਼ੀਸ਼ੇ ਜਿਹੜੇ ਹੈਗੇ? ਹਾਂ, ਸ਼ੀਸ਼ੇ ਮੈਂ ਚਲੋ ਜਿੰਨੇ ਜੁਗਾ ਸੀ ਮੈਂ ਕਰਵਾ ਲਏ ਸੀ,
ਹੁਣ ਦੇਖਦਾ ਮੈਂ ਕਰਕੇ ਜੇ ਮਿਲਦੀ ਹੈ। ਕਿਉਂਕਿ ਗੱਬਰ ਜੀ, ਕਿਉਂਕਿ ਮਟੌਰ ਥਾਣਾ ਵੀ ਇੱਕ ਸੈਂਸਿਟਿਵ ਪੁਲਿਸ ਸਟੇਸ਼ਨ ਹੈ, ਕਿਉਂਕਿ 3B2 ਮਾਰਕੀਟ ਹੋਵੇ, ਕਿਉਂਕਿ ਤੁਹਾਡਾ ਉੱਥੇ ਵੀ ਕਾਫੀ ਅਸੀਂ ਦੇਖਦੇ ਹਾਂ ਕਿ ਤੁਸੀਂ ਕਾਫੀ ਬੰਦੇ ਉੱਥੇ ਵੀ ਤੁਸੀਂ ਫੜੇ ਹੈ। ਹਾਂਜੀ ਹਾਂਜੀ, ਕਾਫੀ ਜੋ ਵੀ ਲਾਅ ਐਂਡ ਆਰਡਰ ਮੇਨਟੇਨ ਕਰਨੇ ਨੂੰ ਸਖਤੀ ਤਾਂ ਕਰਨੀ ਪੈਂਦੀ ਹੈ। ਬਿਲਕੁਲ, ਲੇਕਿਨ ਇੱਕ ਗੱਲ ਹੋਰ ਹੈ ਕਿ ਜੇ ਆਪਾਂ ਲਗਾਤਾਰ ਕਵਰੇਜ ਕਰਦੇ ਰਹੇ ਹਾਂ, ਤੁਸੀਂ CIA ਰੋਪੜ ਸੀਗੇ, ਤੁਸੀਂ ਇਹ ਕੈਟੇਗਰੀ ਗੈਂਗਸਟਰ ਦੇ ਐਸੋਸੀਏਟਸ ਵੀ ਕਈ। ਹਾਂਜੀ ਹਾਂਜੀ, ਮੇਰੀ ਫਾਇਰਿੰਗ ਵੀ ਹੋਈ ਹੈ ਉਹਨਾਂ ਨਾਲ। ਉਹਦੇ 'ਚ ਫਾਇਰਿੰਗ ਵੀ ਹੋਈ ਹੈ, ਫਾਇਰਿੰਗ ਵੀ ਹੋਈ ਆਮੋ ਸਾਹਮਣੇ ਤੇ ਫੜੇ ਵੀ ਆ। ਤੇ ਤੁਹਾਨੂੰ ਲੱਗਦਾ ਹੈ ਕਿ ਕਿਸੇ ਗੈਂਗਸਟਰ ਤੋਂ ਤੁਹਾਡੀ ਕੀ ਕਹਿੰਦੀ ਇਨਵੈਸਟੀਗੇਸ਼ਨ? ਹੋ ਸਕਦਾ ਜੀ, ਮੈਂ ਦੇਖੋ ਜਿੰਨਾ ਚਿਰ ਤੱਕ ਆਪਾਂ ਪਹੁੰਚਦੇ ਨਹੀਂ, ਮੈਂ ਤੁਹਾਨੂੰ ਉਹੀ ਕਹਿ ਰਿਹਾ, ਜੇ ਤਾਂ ਸਿੰਗਲ ਬੰਦਾ ਫੜ ਕੇ ਅੰਦਰ ਦਿੱਤਾ ਹੋਵੇ ਫਿਰ ਤਾਂ ਮੈਂ ਉਹਦੇ ਤੇ ਡਾਊਟ ਕਰਾਂ ਵੀ ਉਹੀ ਬੰਦਾ। ਪਰ ਜਦੋਂ ਮੈਂ ਕਾਫੀ ਜ਼ਿਆਦਾ ਅੰਦਰ ਦਿੱਤੇ ਆ ਗੈਂਗਸਟਰ, ਸਮਗਲਰ ਤੇ ਠੱਗ ਵੀ, ਪਬਲਿਕ ਦੇ ਪੈਸੇ ਬਹੁਤ ਵਾਏ ਆ। ਸਰ, ਸੋਰਸਿਸ ਤੋਂ ਇਹ ਵੀ ਜਾਣਕਾਰੀ ਹੈ ਕਿ ਹਫ਼ਤਾ ਪਹਿਲਾਂ ਵੀ ਇਹ ਥੋੜੀ ਜੀ ਗੱਲ ਚੱਲ ਰਹੀ ਸੀ ਗੱਲ ਕਿ ਮੋਹਾਲੀ ਪੁਲਿਸ ਦਾ ਇੱਕ ਅਫਸਰ ਤੇ ਹੋ ਸਕਦਾ ਹੈ ਹਮਲਾ, ਇਹ ਵੀ ਗੱਲ ਚੱਲ ਰਹੀ ਸੀ। ਕੁਝ ਇਸ ਤਰ੍ਹਾਂ ਦੀ ਇੰਟੂਇਸ਼ਨ, ਕੋਈ ਇਸ ਤਰ੍ਹਾਂ ਦੀ ਕੋਈ ਅਲਰਟਨੈਸ ਸੀਗੀ? ਨਹੀਂ, ਅਲਰਟ ਤਾਂ ਸੀਗੇ ਜੀ, ਸਾਨੂੰ ਮੈਂ ਅਲਰਟ ਹੀ ਸੀਗੇ ਜੀ। ਅਲਰਟ ਸੀਗੇ? ਹਾਂਜੀ ਹਾਂਜੀ, ਪੂਰਾ ਅਲਰਟ ਸੀਗਾ ਜੀ। ਤੇ ਤੁਹਾਡੀ ਕੋਈ ਗੱਲਬਾਤ ਚੱਲ ਰਹੀ ਹੈ? ਕਿਉਂਕਿ ਮਾਮਲਾ ਤਾਂ ਦਰਜ ਹੋ ਗਿਆ, 307 IPC 25 ਆਮਸੈਕਟ ਮਾਮਲਾ ਦਰਜ ਹੋ ਗਿਆ ਉੱਥੇ, ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਕੋਈ ਪ੍ਰਾਇਮਰੀ, ਕਿਉਂਕਿ 2 ਦਿਨ ਹੋ ਚੁੱਕੇ ਨੇ? ਨਹੀਂ ਨਹੀਂ, ਚੱਲ ਰਿਹਾ ਜੀ, ਕੱਲ੍ਹ ਹੀ ਜ਼ਿਆਦਾ ਡਿਕਲੇਅਰ ਹੋਇਆ ਜੀ। ਓਕੇ, ਹਾਂਜੀ, ਤੇ ਹੁਣ ਚੱਲ ਰਹੀਆਂ ਵੀਡੀਓ, ਮਤਲਬ ਟੈਕਨੀਕਲ ਅੱਡ ਟੀਮਾਂ ਲੱਗੀਆਂ, ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ, ਹਿਊਮਨ ਇੰਟੈਲੀਜੈਂਸ ਅੱਡ, ਟੈਕਨੀਕਲ ਅੱਡ, ਵੀਡੀਓ ਫੁਟੇਜ ਅੱਡ ਘੰਗਾਲੀਆਂ ਜਾ ਰਹੀਆਂ। ਬਾਕੀ ਜਿਹੜੇ ਮੈਨੂੰ ਬਕਾਇਦਾ DGP ਸਾਹਿਬ ਵੱਲੋਂ ਵੀ ਮੈਨੂੰ ਪੂਰਾ ਹੌਸਲਾ ਦਿੱਤਾ ਗਿਆ। ਅਸਾ ਡੀਮੋਰਲਾਈਜ਼ ਤਾਂ ਨਹੀਂ ਹੋਈ? ਕਿਉਂਕਿ ਅੱਧਾ ਪਰਸੈਂਟ ਵੀ ਨਹੀਂ, ਮਤਲਬ ਉਹੀ ਜਿੱਦਾਂ ਗੱਬਰ ਸਿੰਘ ਸੀਗੇ ਉਹੀ? ਹਾਂ ਬਿਲਕੁਲ ਜੀ, ਉਦਾਂ ਹੀ ਚੱਲੂਗਾ ਜੀ। ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ? ਅੱਧਾ ਪਰਸੈਂਟ ਵੀ ਨਹੀਂ? ਠੀਕ ਹੈ, ਤਾਂ ਬਿਲਕੁਲ ਜਿੱਦਾਂ ਗੱਬਰ ਸਿੰਘ ਜੀ ਨੇ, ਹਾਲਾਂਕਿ ਜਿੱਦਾਂ ਅਸੀਂ ਲਗਾਤਾਰ ਕਵਰੇਜ ਵੀ ਕਰਦੇ ਰਹੇ, CIA ਰੋਪੜ ਵੀ ਰਹੇ ਨੇ, ਵੱਡੇ ਏ ਕੈਟੇਗਰੀ ਗੈਂਗਸਟਰਸ ਨਾਲ ਦੀ ਫਾਇਰਿੰਗ ਵੀ ਹੋਈ ਜਿੱਦਾਂ ਦੱਸਿਆ, ਹਾਲਾਂਕਿ ਕਿਤੇ ਨਾ ਕਿਤੇ ਇਹਨਾਂ ਨੂੰ ਇੰਟੂਇਸ਼ਨ ਵੀ ਸੀਗੀ ਤੇ ਦੂਜਾ ਇਹਨਾਂ ਦੀ ਰੈਕੀ ਵੀ ਹੋਈ ਹੈ ਪਹਿਲਾਂ ਵੀ, ਹਾਲਾਂਕਿ ਇਹ ਜਿਹੜਾ ਹੋਇਆ ਪੂਰਾ ਪ੍ਰੋਫੈਸ਼ਨਲੀ ਤਰੀਕੇ ਨਾਲ, ਕਿਉਂਕਿ ਜਿਸ ਤਰ੍ਹਾਂ ਸਰ ਨੇ ਦੱਸਿਆ ਕਿ ਪੂਰਾ ਹੈੱਡ ਸ਼ੂਟ ਜਿਹੜਾ ਹੈ ਉਹ ਪ੍ਰੋਫੈਸ਼ਨਲ ਤਰੀਕੇ ਨਾਲ ਚਲਦੀ ਗੱਡੀ ਦੇ ਵਿੱਚ ਕਰਨਾ, ਇੱਕ ਆਮ ਪਰਸਨ ਜਿਹੜਾ ਜਾਂ ਫਿਰ ਆਮ ਹੈ ਉਹ ਨਹੀਂ ਕਰ ਸਕਦਾ, ਬੜਾ ਪ੍ਰੋਫੈਸ਼ਨਲ ਤਰੀਕੇ ਸਨ। ਇਹ ਲੱਗ ਰਿਹਾ ਕਿ ਕਿਸੇ ਤਰ੍ਹਾਂ ਦਾ ਕੋਈ ਟਰੈਪ ਸੀ ਔਰ ਪੂਰਾ ਇੱਕ ਰੈਕੀ ਕੀਤੀ ਜਾ ਰਹੀ ਸੀ ਥਾਣੇ ਤੋਂ ਜਦ ਨਿਕਲੇ ਹੈ ਰਾਤ ਕਰੀਬ 10:30-11 ਵਜੇ, ਤਾਂ ਨਾਲ ਦੇ ਨਾਲ ਹੀ ਹੁਣ ਇਹ ਪੂਰਾ ਕੰਮ ਕਿਹਦਾ ਹੈ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਔਰ ਖੁਦ ਸੀਨੀਅਰ ਅਫਸਰਾਂ ਦੀ ਸੁਪਰਵਿਜ਼ਨ ਦੇ ਵਿੱਚ ਇਹ ਪੂਰਾ ਦੇਖਿਆ ਜਾ ਰਿਹਾ ਕਿ ਆਖਿਰ ਉਹ ਕੌਣ ਸੀ ਜਿਨ੍ਹਾਂ ਨੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ। ਮੋਹਾਲੀ ਤੋਂ ਕੈਮਰਾਮੈਨ ਜੈਂਦਰ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।